ਅੱਜ ਤੁਹਾਨੂੰ ਬੋਲਿਆ ਯਾਦਵ ਜੀ, ਸਭ ਤੋਂ ਮਸ਼ਹੂਰ ਭੋਗਪੁਰ ਦੇ ਰੋਲ ਕੁਲਚਿਆਂ ਵਾਲੇ। ਮੈਂ ਸਭ ਤੋਂ ਪਹਿਲਾਂ ਮਾਈਆਂ ਟਿੱਕੀਆਂ ਅਤੇ ਫਿਰ ਉਹ ਗਰਮ ਕਰਕੇ ਥੋੜ੍ਹਾ ਜਿਹਾ ਉੱਥੇ ਰੋਲ ਦੇ ਉੱਪਰ ਪਾ ਤਾ, ਫਿਰ ਉਹ ਚਨੇ ਥੋੜ੍ਹੇ ਘੱਟ ਲੱਗੇ ਤਾਂ ਉਹਨਾਂ ਚਨੇ ਪਾ ਕੇ ਤਾਂ ਗਰਮ ਕਰਨ ਰੱਖ ਲਿਆ। ਚਨੇ ਗਰਮ ਕਰਦੇ ਕਰਦੇ ਮੈਂ ਪਾਇਆ ਥੋੜ੍ਹੇ ਵਿੱਚ ਰਿਫਾਇੰਡ ਆਇਲ, ਅਤੇ ਉੱਤੇ ਪਾਇਆ ਨਿੰਬੂ, ਫਿਰ ਪਾਇਆ ਮਸਾਲਾ, ਉਹਨੂੰ ਕੀਤਾ ਰੋਲ ਦੇ ਉੱਪਰ, ਅਤੇ ਇੱਦਾਂ ਰੋਲ ਆਪਣੇ ਕਰ ਦਿੱਤੇ ਸੀ ਨਾ 3 ਪੈਕ। ਅਤੇ ਰਿਲੇਟਡ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ